ਹਾਂ ਜੀ ਕਿਸਾਨ ਵੀਰੋ, ਸਵਾਗਤ ਆ ਤੁਹਾਡਾ ਆਪਣੇ ਯੂਟਿਊਬ ਚੈਨਲ ਬਾਬਾ ਡੇਅਰੀ ਫਾਰਮ ਦੇ ਉੱਤੇ। ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਾਜ਼ੀ ਸੂਈ ਬਰਡ ਸੇਲ ਲਈ ਲੈ ਕੇ ਆਏ ਜੀ, ਆਓ ਪੁੱਛ ਲੈਂਦੇ ਬਾਈ ਤੁਹਾਡੇ। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ, ਹੋਰ ਠੀਕ ਹੋ? ਵਧੀਆ। ਹਾਂਜੀ ਵਧੀਆ ਜੀ। ਬਾਈ ਨਾਮ ਅਤੇ ਐਡਰੈਸ ਬੋਲ। ਨਾਮ ਜਸਵਿੰਦਰ ਸਿੰਘ ਜੀ, ਪਿੰਡ ਸਲਾਬਪੁਰਾ, ਜ਼ਿਲ੍ਹਾ ਬਠਿੰਡਾ, ਤਹਿਸੀਲ ਫੂਲ। ਨੇੜੇ ਪਿੰਡ ਵੇ? ਨੇੜੇ ਆਪਣੇ ਭਾਈਪੁਰ ਹੈਗਾ ਜੀ, 6 ਕਿਲੋਮੀਟਰ, 8 ਕਿਲੋਮੀਟਰ ਪਧੌੜ ਰਹੇਗਾ ਜੀ। ਮੋਬਾਈਲ ਨੰਬਰ ਬੋਲ ਦਿਓ। 98778-2591। ਇਹ ਬਾਈ ਦਾ ਕੰਟੈਕਟ ਨੰਬਰ ਆ, ਬਾਕੀ ਸਕਰੀਨ 'ਤੇ ਚੱਲ ਰਿਹਾ, ਨੋਟ ਕਰ ਲਓ ਜੀ। ਵੀਰੇ ਜਿਹੜੀ ਬਰਡ ਦੇ ਨਾਲ ਕਿਹੜਾ ਸੂਆ ਸੂਈ ਆ? ਇਹ ਪਹਿਲਾ ਸੂਆ ਜੀ, ਜਿਵੇਂ ਪਲੂਣ ਜੀ, ਦੋ ਦੰਦ ਮੂੰਹ ਜੀ। ਠੀਕ ਆ, ਪਹਿਲਾ ਸੂਆ। ਕਦੋਂ ਸੂਈ ਆ ਬਾਈ? ਇਹਨੂੰ ਹੋ ਗਈ ਜੀ 12-13 ਦਿਨ ਜੀ। 12-13 ਦਿਨ? ਬੱਚਾ ਕੀ ਆ ਬਾਈ? ਮਗਰ ਬੱਚਾ ਜੀ। ਬੱਚਾ ਬਾਈ, ਕਿੰਨੇ ਦੁੱਧ ਦੇ ਆ ਹੁਣ? ਦੁੱਧ ਹੁਣ ਨੈਟ ਜੀ 16 ਕਿਲੋ ਤਿਆਰ ਹੈ। ਠੀਕ ਆ ਬਾਈ, ਠੰਡੀ ਸੀਲ ਆ ਪੂਰੀ? ਮੈਂ ਕਹਣਾ ਜਿਵੇਂ ਮਰਜ਼ੀ ਬੈਠੇ ਰਹੋ, ਮਰਜ਼ੀ ਬੈਠਾ ਰਹੇ, ਮਾਰਦੇ ਧਾਰਾਂ ਕੋਈ ਚੱਕਰ ਨਹੀਂ ਬਾਈ। ਆਰਡਰ ਕਮਾਲ ਦਾ, ਕੱਲਾ ਕੱਲਾ ਥਣ ਮੁੱਠਿਆ ਥਣ, ਚਵਾਈ ਬੜੀ ਚੰਗੀ ਹੈ ਨਾ? ਮੈਂ ਕਹਣਾ ਜੀ ਬੜੇ ਕੱਢਦੀ ਚਵਾਈ। ਮੈਂ ਕਹਣਾ ਕਿਆ ਬਾਤ ਆ ਬਾਈ, ਨਿਬੜਦੀ ਆ ਚਵਾਈ, ਗੰਨੇ ਵਰਗੀ ਚਵਾਈ ਆ, ਥਣ ਬਹੁਤ ਚੰਗਾ ਲੱਗਿਆ, ਮੁੱਠੀ ਵਾਲਾ ਥਣ। ਆਰਡਰ ਦੀ ਕੁਆਲਿਟੀ ਬਾਈ ਕਮਾਲ ਦੀ ਹੈ, ਕੋਈ ਨਿਆਣਾ ਨਹੀਂ ਪਾਇਆ, ਕੋਈ ਬੱਚਾ ਨਹੀਂ ਛੱਡਿਆ ਬਾਈ, ਮੋਹ ਇਹਨਾਂ ਕੱਢ ਗਈ ਕਰਮ ਵਾਲੀ। ਬਹੁਤ ਠੀਕ ਆ ਬਾਈ, ਆਰਡਰ ਕਮਾਲ ਦਾ, ਦੁੱਧ ਚੰਗਾ। ਮੂੰਹ ਡਾਕਟਰ ਦੋ ਦੰਦ ਦਾ, ਮੂੰਹ ਦੋ ਦੰਦ ਦਿਖਾ ਦੋ। ਦਿਖਾ ਦੇ, ਫੇਸ ਬਿਊਟੀ ਬੜੀ ਚੰਗੀ ਆ, ਦੰਦਾਂ ਦੇ ਬੈਠ ਆ, ਲੈ ਦੋ ਦੰਦ ਬੈਠ ਆ, ਕਿਆ ਬਾਤ ਆ ਬਾਈ, ਦੋ ਦੰਦ ਹੀ ਬੈਠ ਆ ਜੀ। ਖੋਲ ਦੇ ਬਾਈ, ਤੋਰ ਕੇ ਦਿਖਾ ਦੇ। ਯਾਦ ਬੀਡ ਚੰਗੀ ਆ, ਕੱਦ ਬਿੱਡ ਚੰਗਾ, ਰੰਗ ਰੂਪ ਚੰਗਾ, ਆਰਡਰ ਕਮਾਲ ਦਾ, ਫੇਸ ਬਿਊਟੀ ਕਮਾਲ ਦੀ ਆ, ਹੋਦੀ ਬਾਦੀ ਬਹੁਤ ਚੰਗੀ ਆ, ਸਨੱਖ ਪੁਣਾ ਬੈਠ ਦੇ ਵਿੱਚ ਚੰਗਾ ਗਾ, ਬਾਕੀ ਤੋਰਾ ਤਾਰਾ ਚੰਗਾ ਬਾਈ। ਮੁੱਲ ਕੀ ਆ ਵੀਰੇ ਦਾ? ਮੁੱਲ ਜੀ 60 ਕਰਾਲੋ, 65 ਕਰਾਲੋ ਮੈਂ ਕੀ ਫਾਇਦਾ ਹਨ, ਆਪਾਂ ਜੀ ਨੈਟ 53,000 ਦੀ ਬੈਠ ਦੇ ਦਾਂਗੇ। ਮੁੱਲ ਕਰਾਉਣ ਨੂੰ ਬਾਈ ਕਹਿੰਦਾ 60 ਕਰਾਲੋ, 65 ਕਰਾਲੋ, ਬੈਰ ਸੁਣ ਪਿਆ, 60-65 ਹਜ਼ਾਰ ਥੋੜੀ ਬਸ ਦੇ ਦਾਂਗੇ ਵੀ, ਥੋੜੇ ਉਸ ਘਰੋਂ ਆਈ ਵੀ ਇੰਨੀ ਹੋਣੀ ਗੌਰ ਨਹੀਂ ਹੋਈ ਬੰਦੇ ਦੀ। ਸਹੀ ਗੱਲ ਆ, ਮੁੱਲ ਜਮਾ ਜਾਇਜ਼ਾ 53,000 ਰੁਪਇਆ, ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨ ਤਾਨ ਜ਼ਰੂਰ ਹੋ ਜੂਗਾ। ਤੋਰਾ ਤਾਰਾ ਚੰਗਾ, ਚੰਗੀ ਆ, ਠੰਡੀ ਸੀਲ ਆ, ਚਵਾਈ ਚੁਈ ਚੰਗੀ ਆ, ਦੁੱਧ ਵੀ ਚੰਗਾ ਹਾਜ਼ਰ ਆ, ਥਣ ਲੇਵਾ ਵੀ ਚੰਗਾ ਗਾ, ਮੁੱਲ ਜਮਾ ਜਾਇਜ਼ ਆ। ਕਿਸੇ ਵੀਰ ਨੂੰ ਬਈ ਬੈਡ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ, ਤੇ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜੀ।